ਸਾਡੀ ਇੱਕ ਸਟੇਟ ਲੈਵਲ ਦੀ ਬੀਬੀ ਹੈ ਜਸਵਿੰਦਰ ਸ਼ੇਰਗਿੱਲ, ਜਿਹੜੀ ਵਾਈਸ ਪ੍ਰੈਜ਼ੀਡੈਂਟ ਸੀ, ਉਹਦੇ ਉੱਤੇ ਬਹੁਤ ਹੀ ਜ਼ਾਲਮਾਨਾ ਹਮਲਾ ਹੋਇਆ। ਉਹਨੂੰ ਮੰਦਰ ਵਿੱਚ ਮੱਥਾ ਟੇਕਣ ਗਈ ਨੂੰ ਬੜੀ ਮਤਲਬ ਜਿਹੜੀ ਕੁੱਟਮਾਰ ਜਿਹੜੀ ਹੈ ਬਹੁਤ ਦਰਦਨਾਕ ਢੰਗ ਨਾਲ ਕੀਤੀ ਗਈ। ਹੱਥ ਪੈਰ ਫੜ ਕੇ ਉਹਨੂੰ ਇੰਨਾ ਕੁੱਟਿਆ ਕਿ ਉਹਦੇ ਫਿਰ ਬਾਅਦ ਵਿੱਚ ਕੈਂਚੀ ਨਾਲ ਕੇਸ ਵੀ ਕੱਟ ਦਿੱਤੇ, ਇੱਥੋਂ ਤੱਕ ਕਿ ਉਹਨੂੰ ਨਿਰਵਸਤਰ ਕਰ ਦਿੱਤਾ। ਬੜਾ ਅਫਸੋਸ ਹੈ ਕਿ ਇੱਕ ਔਰਤ ਜਿਹਨੂੰ ਗੁਰੂ ਸਾਹਿਬ ਵੀ ਬਹੁਤ ਵੱਡੇ ਦਰਜੇ ਦੇ ਕੇ, ਇਹਨੂੰ ਰੱਬ ਦਾ ਰੂਪ ਵੀ ਕਹਿੰਦੇ ਹੈ, ਔਰਤ ਨੂੰ ਜਨਨੀ ਵੀ ਕਿਹਾ, ਸਮਾਜ ਦੇ ਵਿੱਚ ਬੜਾ ਸਤਿਕਾਰ ਦਿੱਤਾ ਜਾਂਦਾ, ਅਤੇ ਕੁਝ ਅੱਜ ਜਿਹੜੀ ਇਹ ਸ਼ੈਤਾਨ ਅਤੇ ਹੈਵਾਨ ਲੋਕਾਂ ਨੇ ਜਿਹੜੀ ਇਹ ਕੁਝ ਹੀ ਹਰਕਤ ਕੀਤੀ ਹੈ, ਬੜੀ ਦਰਦਨਾਕ ਘਟਨਾ ਵਾਪਰੀ ਹੈ, ਬੜੀ ਸ਼ਰਮਨਾਕ ਹੈ ਅਤੇ ਬਹੁਤ ਹੀ ਸਮਾਜ ਵਾਸਤੇ ਇੱਕ ਕਲੰਕਿਤ ਹਰਕਤ ਹੈ। ਸਮਾਜ ਦੇ ਲੋਕ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ ਉਹਦੇ ਉੱਤੇ ਇੰਨੇ ਸ਼ਰਮਸਾਰ ਹੋਏ ਹੈ ਕਿ ਵੀਡੀਓ ਬਣਾਉਣ ਵਾਲੇ ਲਈ ਵੀ ਅਤੇ ਵੀਡੀਓ ਵਾਇਰਲ ਕਰਨ ਵਾਲੇ ਲਈ। ਮੈਂ ਕਹਿੰਦੀ ਹਾਂ ਜਿੰਨੀ ਉਹਨੇ ਘਿਨੌਣੀ ਹਰਕਤ ਕੀਤੀ ਹੈ ਇਹਨਾਂ ਸਾਰਿਆਂ ਦੇ ਉੱਤੇ, ਕੁੱਟਣ ਵਾਲਿਆਂ ਲਈ, ਵਾਲ ਕੱਟਣ ਵਾਲਿਆਂ 'ਤੇ, ਉਹਨੂੰ ਨਗਨ ਕਰਨ ਵਾਲਿਆਂ 'ਤੇ, ਵੀਡੀਓ ਬਣਾਉਣ ਵਾਲਿਆਂ 'ਤੇ, ਵੀਡੀਓ ਵਾਇਰਲ ਕਰਨ ਵਾਲਿਆਂ 'ਤੇ ਇੰਨੀ ਸਖ਼ਤ ਕਾਰਵਾਈ ਹੋਵੇ ਕਿ ਜੋ ਧਾਰਾਵਾਂ ਸਖ਼ਤ ਤੋਂ ਸਖ਼ਤ ਮੰਦਰ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਸਤੇ ਵੀ ਲੱਗਦੀਆਂ, ਉਹ ਸਾਰੀਆਂ ਧਾਰਾਵਾਂ ਜਿਸ ਤਰ੍ਹਾਂ ਪਵਿੱਤਰਤਾ ਭੰਗ ਕਰਦੇ 295 ਏ ਲੱਗਦੀ ਹੈ, 354 ਲੱਗਦੀ ਹੈ ਜਿਹੜੀ ਉਹਨੂੰ ਨਗਨ ਕਰਨ ਦੇ ਉੱਤੇ ਵੀ, ਜਾਂ ਜਿਹੜੀ ਧਾਰਾ IT Act ਦੇ 66A ਲੱਗਦੀ ਹੈ, ਜਾਂ ਹੋਰ ਸਾਰੀਆਂ ਧਾਰਾ 307 ਉਹਨੂੰ ਜਾਨੋਂ ਮਾਰਨ ਵਾਸਤੇ, ਫਿਰ ਦੇਖੋ ਪਿਸਤਲ ਲੈ ਕੇ ਆਉਂਦੇ ਆ ਕਿ ਪਿਸਤਲ ਲੈ ਕੇ ਆਏ ਇਹਨੂੰ ਮਾਰ ਦਈਏ। ਇੱਥੋਂ ਤੱਕ ਸਾਹਮਣੇ ਸੁਣ ਰਹੀ ਗੱਲ, ਆਪੇ ਉਹਨਾਂ ਨੇ ਵੀਡੀਓ ਬਣਾਈ ਔਰ ਆਪੇ ਵਾਇਰਲ ਕਰ ਦਿੱਤੀ। ਇਹਦਾ ਮਤਲਬ ਕਿ ਸਰਕਾਰ ਨੇ ਪਹਿਲਾਂ ਉਹ ਗੱਲ ਥਾਣੇ 'ਚ ਨਹੀਂ ਪੂਰੀ ਸੁਣੀ, ਪੂਰੀ ਕਾਰਵਾਈ ਚੰਗੀ ਤਰ੍ਹਾਂ ਨਹੀਂ ਕੀਤੀ, ਫਿਰ ਉਹ ਲੋਕ ਅੱਜ ਤੱਕ ਖੁੱਲ੍ਹੇਆਮ ਫਿਰਦੇ ਰਹੇ। ਫਿਰ ਜਦੋਂ ਇਹ ਵਾਇਰਲ ਹੋਈ ਹੈ, ਹੁਣ ਲੋਕਾਂ ਨੂੰ ਪਤਾ ਲੱਗਾ ਕਿ ਅਸਲੀਅਤ ਕੀ ਹੈ। ਹੁਣ ਅੱਜ ਮੈਂ ਥੋੜ੍ਹਾ ਜਿਹਾ ਉਹਨੂੰ ਟੈਲੀਫੋਨ 'ਤੇ ਕਰਕੇ ਪੁੱਛਿਆ, ਉਹਨਾਂ ਕਿਹਾ ਸ਼ਾਇਦ ਅੱਜ ਧਾਰਾਵਾਂ ਵਧਾਈਆਂ ਗਈਆਂ ਨੇ, ਪਰ ਮੈਂ ਸਰਕਾਰ ਕੋਲ ਮੰਗ ਕਰਦੀ ਹਾਂ ਕਿ 7 ਦਿਨਾਂ ਦੇ ਅੰਦਰ ਅੰਦਰ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਨੇ ਇੰਨਾ ਘਿਨੌਣੀ ਹਰਕਤ ਕੀਤੀ ਹੈ, ਇੰਨਾ ਜਲਾਲਤ ਭਰਿਆ ਕੰਮ ਕੀਤਾ, ਉਹਨਾਂ ਲੋਕਾਂ ਨੂੰ ਅੰਦਰ ਦਿੱਤਾ ਜਾਵੇ, ਅਰੈਸਟ ਕੀਤਾ ਜਾਵੇ, ਉਹਨਾਂ 'ਤੇ ਸਖ਼ਤ ਧਾਰਾਵਾਂ ਲਾਈਆਂ ਜਾਣ। ਜੇ ਇਹ ਨਾ ਕੀਤਾ ਗਿਆ, ਅਸੀਂ ਮਜਬੂਰ ਹੋਵਾਂਗੇ ਕਿ ਸਟੇਟ ਵੁਮਨ ਕਮਿਸ਼ਨ ਸਾਡਾ ਜਿਹੜਾ ਬਣਿਆ, ਉਹਨਾਂ ਨੂੰ ਅਸੀਂ ਬੇਨਤੀ ਕਰਤੀ ਹੈ, ਉਹ ਕੱਲ੍ਹ ਸਾਰੇ ਜਾ ਰਹੇ ਉੱਥੇ, ਚੇਅਰਪਰਸਨ ਸਾਡੀ ਉਹ ਸਾਰੀ ਰਿਪੋਰਟ ਲਿਆਏਗੀ। ਉਹ ਤੋਂ ਬਾਅਦ ਜੇ ਕਾਰਵਾਈ ਢਿੱਲੀ ਹੋਈ ਤਾਂ ਅਸੀਂ ਜਲਦੀ ਵੁਮਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਜਾ ਕੇ ਮਿਲਾਂਗੇ, ਤਾਂ ਜੋ ਇਹ ਜਿਹੜੀ ਇੱਕ ਔਰਤ ਦਾ ਇਨਸਾਫ ਜਿਹੜਾ ਉਹ ਅਸੀਂ ਸਾਰੇ ਨਾਲ ਖੇਲ ਸਕੀਏ।